केंद्र सरकार वालों लंगर ते जीएसटी हटाउन तो मना करन ते जथेदार श्री अकाल तख्त साहिब ने केंद्र सरकार नूं गुरु दे लंगर नूं जीएसटी तो मुक्त करन संबंधी मुड़ तो अपील कीती है। ਉਨ੍ਹਾਂ ਕਿਹਾ ਕਿ ਜਿਸ ਧਾਰਮਿਕ ਸਥਾਨ ਉੱਤੋਂ ਸੰਗਤ ਨੂੰ ਫ੍ਰੀ ਲੰਗਰ ਛਕਾਇਆ ਜਾਂਦਾ ਹੈ ਉੱਥੇ ਹੀ GST ਨਹੀਂ ਲਗਾਉਣਾ ਚਾਹੀਦਾ। ਉਹ ਚਾਹੇ ਮੰਦਿਰ, ਮਸਜਿਦ ਜਾਂ ਫਿਰ ਗਿਰਜਾ ਘਰ ਹੋਵੇ। ਕਿਹਾ ਕਿ ਧਾਰਮਿਕ ਸਥਾਨਾਂ 'ਤੇ ਟੈਕਸ ਮੁਗਲ ਕਾਲ ਦੇ ਸਮੇਂ ਲੱਗਦਾ ਸੀ ਅਤੇ ਲੱਗਦਾ ਹੈ ਕਿ ਹੁਣ ਦੀ ਸਰਕਾਰ ਮੁਗਲਾਂ ਤੋਂ ਵੀ ਗਈ ਗੁਜਰੀ ਹੈ ਜਿਹੜੀ ਕਿ ਲੰਗਰ 'ਤੇ GST ਲਗਾ ਰਹੀ ਹੈ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਸਰਕਾਰ ਦੀ ਸਿਫਤ ਕਰਦਿਆਂ ਕੈਪਟਨ ਸਰਕਾਰ ਦਾ ਲੰਗਰ 'ਤੇ GST ਮਾਫ਼ ਕਰਨ ਲਈ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਸੂਬਾ ਸਰਕਾਰ ਤੋਂ ਬਾਅਦ ਹੁਣ ਭਾਰਤ ਸਰਕਾਰ ਵੀ ਲੰਗਰ ਉੱਤੇ ਲੱਗਿਆ GST ਹਟਾ ਦੇਵੇਗੀ। ਸਿੱਖ ਧਰਮ ਦੇ ਵਿੱਚ ਲੰਗਰ ਦੀ ਪ੍ਰਥਾ, ਇਸ ਦੀ ਬਹੁਤ ਵੱਡੀ ਮਹਾਨਤਾ ਹੈ। ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਔਰ 20 ਰੁਪਏ ਦਾ ਸੱਚਾ ਸੌਦਾ ਕੀਤਾ ਸੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਪਹਿਲੇ ਪੰਗਤ ਪਾਤਸ਼ਾਹੀ ਸੰਗਤ, ਜਿਸ ਨੇ ਦਰਸ਼ਨ ਕਰਨੇ ਪਹਿਲੋਂ ਸੰਗਤ ਪ੍ਰਸ਼ਾਦ ਛੱਕ ਕੇ ਗੁਰੂ ਕੇ ਲੰਗਰ ਵਿੱਚ, ਫਿਰ ਉਹ ਦਰਸ਼ਨ ਕਰਨ ਵਾਸਤੇ ਆਵੇ। ਸਿੱਖ ਧਰਮ ਦੇ ਵੱਲੇ ਦੇਖ ਦੇਖ ਕੇ ਅੱਜ ਹਿੰਦੂ ਧਰਮ ਦੇ ਵਿੱਚ ਵੀ, ਮੰਦਰਾਂ ਦੇ ਵਿੱਚ ਵੀ ਕਈਆਂ ਥਾਵਾਂ ਦੇ ਉੱਤੇ ਲੰਗਰ ਦੇ ਪ੍ਰਬੰਧ ਕੀਤੇ ਜਾ ਰਹੇ ਨੇ, ਕੀਤੇ ਗਏ ਹਨ। ਔਰ ਜਦੋਂ ਯਾਤਰਾਵਾਂ ਚੱਲਦੀਆਂ ਹਨ ਤਾਂ ਰਸਤਿਆਂ ਦੇ ਵਿੱਚ ਵੀ ਸੰਗਤਾਂ ਲੰਗਰ ਲਾਉਂਦੀਆਂ ਹਨ। ਵਿਸ਼ੇਸ਼ ਕਰਕੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦਾ ਲੰਗਰ ਜੋ 24 ਘੰਟੇ ਇੱਕ ਰਸ ਚੱਲਦਾ ਹੈ, 1 ਘੰਟਾ ਵੀ ਲੰਗਰ ਬੰਦ ਨਹੀਂ ਹੁੰਦਾ। ਚਾਹ ਦੇ ਲੰਗਰ, ਪ੍ਰਸ਼ਾਦਿਆਂ ਦੇ ਲੰਗਰ ਚੱਲਦੇ ਹਨ। ਐਸੇ ਲੰਗਰਾਂ ਦੇ ਉੱਤੇ GST ਲਾਉਣੀ ਇਹ ਸੰਸਾਰ ਦੇ ਸਰਕਾਰ ਦੀ ਬਹੁਤ ਹੀ ਇੱਕ ਘਟੀਆ ਸੋਚ ਦਾ ਨਿਰਣਾ ਹੈ। ਇਹਦੇ 'ਤੇ ਉਹਨਾਂ ਨੂੰ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ। ਕਿਸੇ ਵੀ ਧਾਰਮਿਕ ਅਸਥਾਨ 'ਤੇ ਜਿੱਥੇ ਲੰਗਰ ਚੱਲਦਾ, ਚਾਹੇ ਉਹ ਦਰਬਾਰ ਸਾਹਿਬ ਹੈ, ਚਾਹੇ ਉਹ ਕਿਤੇ ਮੰਦਿਰ ਹੈ, ਚਾਹੇ ਮਸਜਿਦ ਹੈ, ਚਾਹੇ ਗਿਰਜਾ ਹੈ, ਜਿੱਥੇ ਵੀ ਬਿਨਾਂ ਕਿਸੇ ਵਿਤਕਰੇ ਤੋਂ ਫ੍ਰੀ ਜਿੱਥੇ ਪ੍ਰਸ਼ਾਦ ਛਕਾਇਆ ਜਾਂਦਾ ਹੈ, ਉੱਥੇ ਕਿਸੇ ਪ੍ਰਕਾਰ ਦੀ GST ਨਹੀਂ ਲਾਉਣੀ ਚਾਹੀਦੀ, ਕਿਸੇ ਪ੍ਰਕਾਰ ਦਾ ਟੈਕਸ ਨਹੀਂ ਲਾਉਣਾ ਚਾਹੀਦਾ। ਸਤਿਗੁਰਾਂ ਨੇ ਤਾਂ ਜਿਹੜੇ ਯਾਤਰੂ ਜਾਂਦੇ ਸੀ ਯਾਤਰਾਵਾਂ ਕਰਨ ਵਾਸਤੇ, ਮੁਗਲਾਂ ਵੱਲੋਂ ਟੈਕਸ ਲਵਾਏ ਵੀ ਸਤਿਗੁਰੂ ਪਾਤਸ਼ਾਹ ਨੇ ਬੰਦ ਕਰਵਾ ਦਿੱਤੇ ਸੀ ਕਿ ਇਹ ਸਰਕਾਰ ਮੁਗਲਾਂ ਨਾਲੋਂ ਵੀ ਗਈ ਗੁਆਤੀ ਹੈ ਕਿ ਗੁਰੂ ਕੇ ਲੰਗਰਾਂ ਉੱਤੇ ਇਹ GST ਲਾਵੇ, ਟੈਕਸ ਲਾਵੇ। ਇਹਦੇ 'ਤੇ ਇਹਨਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ। ਮੈਂ ਪੰਜਾਬ ਸਰਕਾਰ, ਜਿਹੜੀ ਕੈਪਟਨ ਸਾਹਿਬ ਦੀ ਸਰਕਾਰ, ਉਸਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ GST ਹੈ ਉਹ ਖਤਮ ਕਰ ਦਿੱਤਾ ਗਿਆ ਹੈ। ਸੈਂਟਰ ਨੂੰ ਵੀ ਖਤਮ ਕਰਨਾ ਚਾਹੀਦਾ, ਸੰਗਤਾਂ ਦੀਆਂ ਅਸੀਸਾਂ ਲੈਣੀਆਂ ਚਾਹੀਦੀਆਂ, ਬਦਦੁਆਵਾਂ ਨਹੀਂ ਲੈਣੀਆਂ ਚਾਹੀਦੀਆਂ।